ਯਮਲਾ ਜੀ ਨੂੰ ਯਾਦ ਕੀਤਾ। ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੈ ਕਿ ਮੇਰੇ ਪਰਿਵਾਰ ਨੂੰ ਇੱਥੇ ਦੁਨੀਆ ਪਿਆਰ ਕਰਦੀ ਹੈ। ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਸਾਡੇ ਲੋਕ ਹੈ ਕਿਸੇ ਵੀ ਕਲਾ ਦੇ ਕਿਸੇ ਵੀ ਖੇਤਰ ਵਿੱਚ ਕੰਮ ਕਰਦੇ ਨੇ ਉਹਨਾਂ ਦਾ ਇਸੇ ਤਰ੍ਹਾਂ ਸਨਮਾਨ ਵੀ ਹੋਣਾ ਜ਼ਰੂਰੀ ਹੈ। ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ, ਨਿਜਾਣਾ ਲਾਵੇ ਦੀ ਦੁਨੀਆ ਸਾਰੀ ਏ। ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ, ਨਿਜਾਣਾ ਲਾਵੇ ਦੀ ਦੁਨੀਆ ਸਾਰੀ ਏ। ਮੇਰੇ ਖਿਆਲ ਦੇ ਵਿੱਚ ਇਹ ਵਿਜੇ ਹੁਣ ਨਵੇਂ ਚਿਰਾਗ ਨੇ ਔਰ ਉਸ ਖਾਨਦਾਨ ਦੀ ਪਰੰਪਰਾ ਨੂੰ ਅੱਗੇ ਲੈ ਕੇ ਆ ਰਹੇ ਨੇ। ਉਹਨਾਂ ਦੀ ਗੱਲਾਂ ਸੁਣ ਕੇ ਬਹੁਤ ਅੱਛਾ ਲੱਗਿਆ। ਇੱਕ ਕਮਿਊਨਿਟੀ ਗੈਦਰਿੰਗ ਸੀਗੀ ਜਿਹਦੇ ਵਿੱਚ ਸਾਰਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਅਤੇ ਯਮਲਾ ਜੀ ਸਾਡੇ ਇੰਨੇ ਮਹਾਨ ਕਲਾਕਾਰ ਹਨ, ਪੰਜਾਬੀ ਕਲਚਰ ਨੂੰ ਰੈਪ੍ਰਜੈਂਟ ਕਰਦੇ ਨੇ। ਪੰਜਾਬੀ ਲੋਕ ਗਾਇਕੀ ਵਿੱਚ ਆਪਣੀ ਆਵਾਜ਼ ਦਾ ਲੋਹਾ ਮਨਾਉਣ ਵਾਲੇ ਮਹਾਨ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਇਸ ਮੌਕੇ ਉਹਨਾਂ ਦੇ ਪੋਤਰੇ ਵਿਜੇ ਯਮਲਾ ਜੱਟ ਨੂੰ ਵੀ ਵੈਂਕੂਵਰ ਵਿਚਾਰ ਮੰਚ ਦੇ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰੀ ਦੇ ਡਿਸਟ੍ਰੀਬਿਊਟਰ ਲਵਨਪ੍ਰੀਤ ਰੰਗੀ ਵੱਲੋਂ ਉਸਤਾਦ ਯਮਲਾ ਜੱਟ ਦੇ ਜੀਵਨ ਤੇ ਬਣਾਈ ਡਾਕੂਮੈਂਟਰੀ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਸਾਰੇ ਹੀ ਸਰੋਤਿਆਂ ਨੇ ਇਸ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ। ਉਧਰ ਇਸ ਮਸਲੇ 'ਚ ਉਹਨਾਂ ਹੋਰ ਕੀ ਕਿਹਾ, ਤੁਸੀਂ ਵੀ ਸੁਣੋ। ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ, ਨਿਜਾਂ ਦਾ ਲਾਵੇ ਦੀ ਦੁਨੀਆ ਸਾਰੀ ਏ। ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ, ਨਿਜਾਂ ਦਾ ਲਾਵੇ ਦੀ ਦੁਨੀਆ ਸਾਰੀ ਏ। ਪੁੱਲ ਪੁਲੇਖੇ ਮੁੜ ਕੇ ਫੇਰਾ ਪਾ ਜਾਵੀ, ਚਾਰੇ ਕੁੱਟ ਹਨੇਰਾ ਜੋਤ ਜਗਾ ਜਾਵੀ, ਚਾਰੇ ਕੁੱਟ ਹਨੇਰਾ ਜੋਤ ਜਗਾ ਜਾਵੀ। ਬਾਣੀ ਦੇ ਥਾਂ ਫੈਸ਼ਨ ਚੜੀ ਖੁਮਾਰੀ ਏ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ, ਨੀਚਾਂ ਦਾ ਲਾਵੇਂ ਦੀ ਦੁਨੀਆ ਸਾਰੀ ਏ। ਤੇਰੇ ਇੱਥੇ ਬੰਦੇ ਆਦਮ ਖਾਣੇ ਨੇ, ਸੱਜਣ ਨਾਲੋਂ ਵੱਧ ਕੇ ਠੱਗ ਸਿਆਣੇ ਨੇ, ਸੱਜਣ ਨਾਲੋਂ ਵੱਧ ਕੇ ਠੱਗ ਸਿਆਣੇ ਨੇ। ਅਜੋ ਮੋਜ ਉਡਾਵੇ ਜੋ ਹੰਕਾਰੀ ਏ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ, ਨੀਜਾਂ ਲਾਵੇਂ ਦੀ ਦੁਨੀਆ ਸਾਰੀ ਏ। ਜੀ ਨੇ ਡਾਕੂਮੈਂਟਰੀ ਫਿਲਮ ਬਣਾਈ ਮੇਰੇ ਦਾਦਾ ਜੀ ਤੇ ਯਮਲਾ ਜੱਟ ਜੀ ਤੇ। ਇਸ ਤੋਂ ਇਲਾਵਾ ਉਹਨਾਂ ਨੇ ਚਿੱਤਰਕਾਰ, ਸਾਹਿਤਕਾਰ, ਪੰਜਾਬ ਦੇ ਕਈ ਜਿਹੜੇ ਅਨਮੋਲ ਹੀਰੇ ਸੀਗੇ, ਅਨਮੋਲ ਰਤਨ ਸੀ, ਉਹਨਾਂ ਦੇ ਡਾਕੂਮੈਂਟਰੀ ਫਿਲਮ ਬਣਾਈਆਂ ਨੇ। ਅਤੇ ਜਿਹੜੀ ਯਮਲਾ ਜੀ 'ਤੇ ਫਿਲਮ ਬਣਾਈ ਹੈ ਉਹ ਅੱਜ ਇੱਥੇ ਸਰੀ ਦੇ ਵਿੱਚ ਵੈਨਕੂਵਰ ਵਿਚਾਰ ਮੰਚ ਵੱਲੋਂ ਅਤੇ ਇਹਨਾਂ ਵੱਲੋਂ ਦਿਖਾਈ ਗਈ ਹੈ। ਅਤੇ ਇੱਥੇ ਦੇ ਜਿਹੜੇ ਬਜ਼ੁਰਗ ਨੇ, ਨੌਜਵਾਨ ਪੀੜ੍ਹੀ ਹੈ, ਉਹਨਾਂ ਨੇ ਆ ਕੇ ਫਿਲਮ ਨੂੰ ਦੇਖਿਆ, ਯਮਲਾ ਜੀ ਨੂੰ ਯਾਦ ਕੀਤਾ। ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੈ ਕਿ ਮੇਰੇ ਪਰਿਵਾਰ ਨੂੰ ਇੱਥੇ ਦੁਨੀਆ ਪਿਆਰ ਕਰਦੀ ਹੈ। ਅਤੇ ਇਹਦੇ ਲਈ ਮੈਂ ਵਿਸ਼ੇਸ਼ ਧੰਨਵਾਦੀ ਹਾਂ ਨਵਲਪ੍ਰੀਤ ਰੰਗੀ ਜੀ ਦਾ।
ਜਿਸ ਤਰ੍ਹਾਂ ਆਪਣੇ ਵਿਰਸੇ ਨੂੰ ਸੰਭਾਲ ਰਹੇ ਨੇ ਜੀ, ਕੋਸ਼ਿਸ਼ ਇਹਨਾਂ ਦੀ ਲਗਾਤਾਰ ਜਾਰੀ ਹੈ, ਕੀ ਕਹੋਗੇ ਕਿ ਵਾਕਿਆ ਤੁਸੀਂ ਇਹਨਾਂ ਨਾਲ ਹੋਰ ਸਪੋਰਟ ਕਰੋਗੇ? ਪੰਜਾਬ ਦੇ ਵਿੱਚ ਅਤੇ ਬੋਲੀਵੁੱਡ ਦੇ ਵਿੱਚ ਪੰਜਾਬੀ ਜਿਹੜਾ ਕਿਰਦਾਰ ਹੈ, ਐਕਟਰ ਹੈ, ਉਹਨੂੰ ਤਰ੍ਹਾਂ ਤਰ੍ਹਾਂ ਦੇ ਤਰੀਕੇ ਨਾਲ ਵੱਖ ਵੱਖ ਕਰੈਕਟਰਾਂ ਦੇ ਵਿੱਚ ਦਿਖਾਇਆ ਜਾਂਦਾ, ਪਰ ਜਿਹੜੇ ਅਸਲ ਹੀਰੋ ਨੇ ਪੰਜਾਬ ਦੇ, ਨਵਲਪ੍ਰੀਤ ਰੰਗੀ ਜੀ, ਉਹਨਾਂ ਨੂੰ ਲੈ ਕੇ ਜਿਹੜੀਆਂ ਫਿਲਮਾਂ ਬਣਾ ਰਹੇ ਨੇ, ਸਾਨੂੰ ਲੱਗਦਾ ਕਿ ਉਹਨੂੰ ਸਪੋਰਟ ਕਰਕੇ ਉਹਨੂੰ ਸਪੋਰਟ ਕਰਨਾ ਚਾਹੀਦਾ, ਤਾਂ ਕਿ ਚੰਗੇ ਜਿਹੜੇ ਕਰੈਕਟਰ ਸੀਗੇ ਪੰਜਾਬ ਦੇ, ਹੀਰੋ ਸੀਗੇ ਜਿਹੜੇ, ਉਹ ਅੱਗੇ ਆ ਸਕਣ, ਉਹਨਾਂ ਦੇ ਉੱਪਰ ਫਿਲਮਾਂ ਬਣਨ। ਅਤੇ ਮੇਰੀ ਜਿਹੜੀ ਪਹਿਲੀ ਡਾਕੂਮੈਂਟਰੀ ਸੀ ਉਹ ਇਹੀ ਸੀ, ਚੈਨਲ ਤੋਂ ਸ਼ੁਰੂਆਤ ਹੋਈ। ਉਸ ਤੋਂ ਬਾਅਦ ਹੋਰ ਸਾਰੇ ਫਨਕਾਰਾਂ ਬਾਰੇ, ਆਰਟਿਸਟਾਂ ਦੇ ਬਾਰੇ, ਹਾਲਾਤਾਂ ਬਾਰੇ, ਸਟੂਡੈਂਟਸ ਦੇ ਬਾਰੇ ਡਾਕੂਮੈਂਟਰੀ ਕੀਤੀ ਹੈਗੀ ਨੇ। ਹੁਣ ਰੀਸੈਂਟ ਜਿਹੜੀ ਡਾਕੂਮੈਂਟਰੀ ਹੈਗੀ ਆ, ਕਿਹੜੇ ਰਾਹ ਤੁਰੀ ਹੈ ਸਟੂਡੈਂਟਸ ਦੇ ਉੱਤੇ ਆ, ਇਸ ਤੋਂ ਪਹਿਲਾਂ ਪੌੜੀ ਸੀ, ਹੁਣ ਇੱਕ ਹੋਰ ਡਾਕੂਮੈਂਟਰੀ ਜਿਹੜੀ ਅੱਜ ਦੇ ਇੰਡੀਵਿਜੁਅਲ ਸਮਾਜ ਦੇ ਵਿੱਚ ਇਕੱਲਾ ਇਕੱਲਾ ਹੋ ਰਿਹਾ ਇਨਸਾਨ ਆ, ਉਹਦਾ ਇਕੱਲਿਆਂ ਦਾ ਕਾਫਲਾ। ਸੋ ਮੇਰੇ ਖਿਆਲ ਦੇ ਵਿੱਚ ਇਹ ਵਿਜੇ ਉਹਨੀ ਨਵੇਂ ਚਿਰਾਗ ਨੇ, ਔਰ ਉਸ ਖਾਨਦਾਨ ਦੀ ਪਰੰਪਰਾ ਨੂੰ ਅੱਗੇ ਲੈ ਕੇ ਆ ਰਹੇ ਨੇ। ਔਰ ਸਾਡੇ ਸਰੀ ਦੇ ਵਿੱਚ ਮੈਨੂੰ ਮਾਣ ਆ, ਹੋਰ ਬਹੁਤ ਸਾਰੇ ਆਰਟਿਸਟ ਨੇ, ਆਕਾਸ਼ ਜਿਵੇਂ ਹੈਗਾ, ਹੋਰ ਜਿਵੇਂ ਇੱਥੋਂ ਹੀ ਹਰਭਜਨ ਹੋਣੀ, ਸਰਬਜੀਤ ਚੀਮਾ ਭਾਅ ਜੀ ਹੋਣੀ, ਕਿੰਨੇ ਕਲਾਕਾਰ ਇੱਥੋਂ ਨਿਕਲਣਗੇ। ਇਸ ਮਿੱਟੀ ਨੇ ਜਿਹੜਾ ਹੈਗਾ, ਕਰਮ ਭੂਮੀ ਨੇ ਇੱਕ ਨਵਾਂ ਉਹਨਾਂ ਨੂੰ ਦਿਸਦਾ ਦਿੱਤਾ। ਸੋ ਅਸੀਂ ਇਹ ਜਿਹੜੀ ਡਾਕੂਮੈਂਟਰੀ ਯਮਲਾ ਜੀ ਦੀ, ਅਤੇ ਅਗਲੇ ਮਹੀਨੇ 24 ਫਰਵਰੀ ਨੂੰ ਇੱਕ ਹੋਰ ਡਾਕੂਮੈਂਟਰੀ ਦਿਖਾ ਰਹੇ ਹਾਂ। ਬਸ ਸ਼ੌਂਕ ਆ, ਪੈਸ਼ਨ ਆ, ਸਭ ਤੋਂ ਵੱਡੀ ਗੱਲ ਕੀ ਹੈ, ਸਕੂਨ ਆ। ਔਰ ਮਤਲਬ ਕੋਈ ਮੈਂ ਜਿਵੇਂ ਮੇਰੀਆਂ ਡਾਕੂਮੈਂਟਰੀ ਇੰਗਲੈਂਡ ਦੇ ਵਿੱਚ, ਯੂਰਪ ਦੇ ਵਿੱਚ, ਕੈਨੇਡਾ, ਅਮੈਰੀਕਾ, ਪਾਕਿਸਤਾਨ ਦੇ ਵਿੱਚ ਸਕਰੀਨ ਹੁੰਦੀਆਂ ਰਹਿੰਦੀਆਂ ਨੇ। ਸੋ ਮੈਨੂੰ ਇਹ ਵੀ ਉਤਸ਼ਾਹਿਤ ਕਰਨ ਲਈ ਅਸੀਂ ਹਰ ਅਪ੍ਰੈਲ ਦੇ ਵਿੱਚ ਫਿਲਮ ਮੇਲਾ ਲਾਉਂਦੇ ਹਾਂ, ਛੋਟਾ ਜਿਹਾ ਮਾਂ ਬੋਲੀ ਫਿਲਮ ਮੇਲਾ। ਸੋ ਇਹੀ ਪੈਸ਼ਨ ਆ ਜੀ, ਤੁਹਾਡੇ ਵਰਗੇ ਭਰਾ ਨਾਲ ਹੁੰਦੇ ਨੇ ਤਾਂ ਜ਼ਰੂਰ ਆਪਾਂ ਕੁਛ ਨਾ ਕੁਛ ਕਰਦੇ ਰਹਿੰਦੇ। ਨਵਲਪ੍ਰੀਤ ਰੰਗੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਬਹੁਤ ਖੂਬਸੂਰਤ ਆਪਣਾ ਬਹੁਤ ਸਾਰਾ ਸਮਾਂ ਲਾ ਕੇ ਇਹ ਡਾਕੂਮੈਂਟਰੀ ਤਿਆਰ ਕੀਤੀ ਹੈ, ਅਤੇ ਉਹਦੇ ਨਾਲ ਨਾਲ ਵੈਨਕੋਰ ਵਿਚਾਰ ਮੰਚ ਦੇ ਸਾਰਾ ਨੁਮਾਇੰਦੇ, ਅਤੇ ਉਹਦੇ ਨਾਲ ਜਰਨੈਲ ਆਰਟਸ ਅਕੈਡਮੀ ਦੇ ਸਹਿਯੋਗ ਦੇ ਨਾਲ ਇਹ ਸਾਰੀ ਅੱਜ ਡਾਕੂਮੈਂਟਰੀ ਦਿਖਾਈ ਗਈ ਹੈ। ਅਤੇ ਲਾਲ ਚੰਦ ਯਮਲਾ ਜੀ ਨੂੰ ਜਿੱਥੇ ਯਾਦ ਕੀਤਾ ਗਿਆ, ਉੱਥੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਪੋਤੇ ਵਿਜੇ ਯਮਲਾ ਜੀ ਇੱਥੇ ਪਹੁੰਚੇ, ਅਤੇ ਉਹਨਾਂ ਨੂੰ ਵਿਚਾਰ ਮੰਚ ਵੱਲੋਂ ਸਾਰਿਆਂ ਨੇ ਸਨਮਾਨਿਤ ਕੀਤਾ। ਅਤੇ ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਨੇ, ਜਿਹੜੇ ਸਾਡੇ ਲੋਕ ਗਾਇਕ ਨੇ ਕਿਸੇ ਵੀ ਕਲਾ ਦੇ, ਕਿਸੇ ਵੀ ਖੇਤਰ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦਾ ਇਸੇ ਤਰ੍ਹਾਂ ਸਨਮਾਨ ਵੀ ਹੋਣਾ ਜ਼ਰੂਰੀ ਆ, ਅਤੇ ਉਹਨਾਂ ਦੀਆਂ ਯਾਦਾਂ ਅਸੀਂ ਸਾਂਭ ਕੇ ਰੱਖਣ ਦੀ ਜ਼ਰੂਰਤ ਹੈ। ਜਿਹੜਾ ਅੱਜ ਯਮਲਾ ਜੀ ਦੀ ਯਾਦ ਵਿੱਚ ਇੱਥੇ ਪ੍ਰੋਗਰਾਮ ਕੀਤਾ ਗਿਆ, ਸਾਨੂੰ ਬਹੁਤ ਹੀ ਅੱਛਾ ਲੱਗਿਆ ਕਿ ਉਹਨਾਂ ਦੇ ਅੱਗੇ ਬੱਚਿਆਂ ਨੇ ਆਪਣੇ ਦਾਦਾ ਜੀ ਦੀ ਯਾਦ ਨੂੰ ਤਾਜ਼ਾ ਕੀਤਾ, ਔਰ ਇੱਦਾਂ ਹੀ ਅੱਗੇ ਬਰਕਰਾਰ ਰੱਖਣ। ਇੱਥੇ ਸਾਰੇ ਹੀ ਪੰਜਾਬ ਤੋਂ ਲੈ ਕੇ ਪੂਰੇ ਵਰਲਡ ਦੇ ਵਿੱਚ ਉਹਨਾਂ ਦਾ ਪੋਤਾ ਵਿਜੇ ਯਮਲਾ ਜੀ ਉਹਨਾਂ ਦਾ ਨਾਮ ਰੋਸ਼ਨ ਕਰ ਰਿਹਾ। ਮੈਂ ਇਹੀ ਉਮੀਦ ਕਰਦੀ ਹਾਂ ਕਿ ਸਾਡੇ ਜਿੰਨੇ ਵੀ ਸਿੰਗਰ ਨੇ, ਪੁਰਾਣੇ ਬਜ਼ੁਰਗ ਨੇ, ਉਹਨਾਂ ਦੇ ਬੱਚੇ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਣ, ਅਤੇ ਆਪਣੇ ਬਜ਼ੁਰਗਾਂ ਦਾ ਇੱਦਾਂ ਹੀ ਨਾਮ ਰੋਸ਼ਨ ਕਰ। ਸਾਨੂੰ ਵੀ ਅਤੇ ਸਾਡੀ ਪੰਜਾਬੀਅਤ ਨੂੰ ਪੂਰੇ ਹੀ, ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਬੱਚੇ ਪਰਿਵਾਰ ਬੈਠੇ ਹੈ, ਉਹਨਾਂ ਨੂੰ ਪੰਜਾਬੀਆਂ ਨਾਲ ਮਾਣ ਮਹਿਸੂਸ ਹੋ। ਧੰਨਵਾਦ ਜੀ। ਸੀਗਾ ਵੈਂਕੂਵਰ ਵਿਚਾਰ ਮੰਚ ਦੁਆਰਾ ਔਰਗਨਾਈਜ਼ ਕੀਤਾ ਹੋਇਆ, ਸਾਰੇ ਬੁਲਾਰੇ ਜਿਹੜੇ ਯਮਲਾ ਜੱਜ ਜੀ ਨਾਲ ਜੁੜੇ ਵੀ ਹੋਏ ਸੀ, ਜਾਂ ਜਿਹੜੇ ਉਹਨਾਂ ਨੂੰ ਸੁਣਦੇ ਹੈ, ਜਾਂ ਜਿਹੜੇ ਇੰਸਪਾਇਰ ਹੋਏ ਉਹਨਾਂ ਤੋਂ, ਉਹਨਾਂ ਦੀ ਗੱਲਾਂ ਸੁਣ ਕੇ ਬਹੁਤ ਅੱਛਾ ਲੱਗਿਆ। ਇੱਕ ਕਮਿਊਨਿਟੀ ਗੈਦਰਿੰਗ ਸੀਗੀ ਜਿਹਦੇ ਵਿੱਚ ਸਾਰਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ, ਅਤੇ ਯਮਲਾ ਜੀ ਸਾਡੇ ਇੰਨੇ ਮਹਾਨ ਕਲਾਕਾਰ ਹੈ, ਪੰਜਾਬੀ ਕਲਚਰ ਨੂੰ ਰਿਪ੍ਰਜੈਂਟ ਕਰਦੇ ਨੇ, ਕਿ ਉਹਨਾਂ ਦੇ ਇਕੁਅਲ ਕੋਈ ਹੋਰ
ਨਹੀਂ ਦਿਖਦਾ। ਸੋ ਉਹਨਾਂ ਦੇ ਜਿਹੜੇ ਗ੍ਰੈਂਡਸਨ ਹੈ ਉਹਨਾਂ ਨੇ ਬਹੁਤ ਅੱਛਾ ਪਰਫੋਰਮ ਕੀਤਾ, ਉਹਨਾਂ ਦੀ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ ਅਤੇ ਬਹੁਤ ਅੱਛਾ ਪ੍ਰੋਗਰਾਮ ਸੀ। ਜੀ ਸਾਰਿਆਂ ਨੂੰ ਮੇਰੇ ਵੱਲੋਂ, ਮੈਂ ਅਮਨ ਸਿੱਖ ਉਹ ਮੂਵੀਆਂ ਦੇ ਵਿੱਚ ਕੰਮ ਕਰਦੀ ਹਾਂ ਜੇ ਐਕਟਰ, 43 ਮੂਵੀਆਂ ਸ਼ੂਟ ਕਰ ਚੁੱਕੀ ਹਾਂ। ਤਾਂ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਕੈਨੇਡਾ ਦੇ ਵਿੱਚ ਜਮਲਾ ਜੱਟ ਜੀ ਦਾ ਪ੍ਰੋਗਰਾਮ ਹੋਇਆ ਅਤੇ ਉਹਨਾਂ ਦੇ ਪੋਤਾ ਜੀ ਵਿਜੇ ਜਮਲਾ ਜੀ ਇੱਥੇ ਪਹੁੰਚੇ ਨੇ ਅਤੇ ਬਹੁਤ ਖੁਸ਼ੀ ਹੋਈ। ਸਾਨੂੰ ਆਪਣਾ ਕਲਚਰ ਸੰਭਾਲ ਕੇ ਰੱਖਣਾ ਚਾਹੀਦਾ ਹੈ ਨਾ ਜੀ। ਤਾਂ ਜਦੋਂ ਉਹ ਤੁੰਬੀ 'ਤੇ ਗਾਉਂਦੇ ਸੀ ਤਾਂ ਬਹੁਤ ਅੱਛਾ ਲੱਗਦਾ ਸੀ, ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਭੁੱਲ ਚੁੱਕੇ ਹਾਂ ਹੈ ਨਾ। ਤਾਂ ਅੱਜ ਮਤਲਬ ਇੰਨਾ ਜ਼ਮਾਨਾ ਚੇਂਜ ਹੋ ਚੁੱਕਿਆ ਹੈ ਨਾ, ਅਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਅਸੀਂ ਕਰਨ ਜਾ ਰਹੇ ਹਾਂ ਹੈ ਨਾ। ਅਤੇ ਬਹੁਤ ਜ਼ਿਆਦਾ ਖੁਸ਼ੀ ਹੋਈ, ਥੈਂਕ ਯੂ ਜੀ। ਬਹੁਤ ਹੀ ਸੋਹਣਾ ਇਵੈਂਟ ਸੀਗਾ, ਬਹੁਤ ਹੀ ਵਧੀਆ ਉਮਦਾ ਜਾਣਕਾਰੀ ਮਿਲੀ। ਰੰਗੀ ਭਾਅ ਜੀ ਨੂੰ ਬਹੁਤ ਬਹੁਤ ਮੁਬਾਰਕਾਂ, ਵਿਜੇ ਜਮਲਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਉਹ ਕਿਸੇ ਪਰਿਵਾਰ ਤੋਂ ਬਿਲੋਂਗ ਕਰਦੇ ਨੇ, ਜਿਹੜੇ ਪਰਿਵਾਰ ਨੂੰ ਸਾਰਾ ਪੰਜਾਬ ਸੁਣਦਾ। ਮੇਰਾ ਤਾਂ ਜੇ ਮੈਂ ਅੱਗੇ ਦੱਸਿਆ ਕਿ ਮੇਰਾ ਤਾਂ ਜਨਮ ਵੀ ਬਾਅਦ ਦਾ, ਪਰ ਅਸੀਂ ਅੱਜ ਵੀ ਉਹਨਾਂ ਨੂੰ ਸੁਣਦੇ ਹਾਂ, ਅੱਜ ਵੀ ਉਹਨਾਂ ਦੀ ਆਵਾਜ਼, ਇੱਕ ਜਿਵੇਂ ਕਹਿੰਦੇ ਨਾ ਟੂਣੇ ਹਰੀ ਆਵਾਜ਼, ਉਹ ਅੱਜ ਵੀ ਉਹ ਦਿਲਾਂ ਨੂੰ ਕੀਲਦੀ ਹੋਈ ਲੰਘਦੀ ਆ। ਅਤੇ ਜਿੰਨੇ ਵੀ ਉਸਤਾਦ ਲੋਕ ਪੁਰਾਣੇ ਹੋਏ ਨੇ, ਯਮਲਾ ਜੀ ਜੀ, ਆਸਾ ਸਿੰਘ ਮਸਤਾਨਾ ਜੀ, ਜਾਂ ਹੋਰ ਜਿਹੜੇ ਉਰਦੂ ਦੇ ਗਾਇਕ, ਜਾਂ ਪੰਜਾਬ ਪਾਕਿਸਤਾਨ ਦੇ ਗਾਇਕ ਗੁਲਾਮ ਅਲੀ ਸਾਹਿਬ, ਸੋ ਮੈਂ ਸਾਰਿਆਂ ਨੂੰ ਸੁਣਨਾ ਬਹੁਤ ਪਸੰਦ ਕਰਦਾ ਅਤੇ ਮੈਨੂੰ ਬਹੁਤ ਵਧੀਆ ਲੱਗਾ, ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸ਼ੁਕਰੀਆ ਤੁਹਾਡਾ।